ਨਹੀਂ ਦੇਖਿਆ ਹੋਣਾ ਕਦੇ ਇੰਨਾ ਪੈਸਾ। ਇੱਕ ਬਿਲਡਰ ਦੇ ਘਰੋਂ ਪੁਲਿਸ ਨੇ ਕੀਤਾ ਬਰਾਮਦ। ਸੱਟੇ ਦੇ ਖਿਲਾਫ ਪੁਲਿਸ ਦੀ ਵੱਡੀ ਕਾਰਵਾਈ। ਤਾਂ ਦੱਸ ਦਈਏ ਕਿ ਗੇਮਿੰਗ ਅਤੇ ਮੈਚ ਦੇ ਸੱਟੇ ਨੂੰ ਲੈ ਕੇ ਦੇਰ ਰਾਤ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ, ਜਿਸ ਦੇ ਵਿੱਚ ਇੱਕ ਬਿਲਡਰ ਦੇ ਘਰੋਂ ਵੱਡੀ ਮਾਤਰਾ ਦੇ ਵਿੱਚ ਕਰੋੜਾਂ ਦੀ ਨਕਦੀ ਬਰਾਮਦ ਹੋਈ ਹੈ। ਤਾਂ ਦੱਸ ਦਈਏ ਕਿ ਕੈਸ਼ ਇੰਨਾ ਸੀ ਕਿ ਪੁਲਿਸ ਨੂੰ ਗਿਣਨ ਦੇ ਲਈ ਇਸ ਨੂੰ ਕੈਸ਼ ਗਿਣਨ ਵਾਲੀ ਮਸ਼ੀਨ ਮੰਗਵਾਉਣੀ ਪਈ, ਜਿਸ ਤੋਂ ਬਾਅਦ ਇਹ ਸਾਰਾ ਕੈਸ਼ ਪੁਲਿਸ ਦੇ ਵੱਲੋਂ ਜ਼ਬਤ ਕਰ ਲਿਆ ਗਿਆ। ਤਾਂ ਵੇਖ ਸਕਦੇ ਹੋ ਕਿੰਨੀ ਮਾਤਰਾ ਦੇ ਵਿੱਚ ਇੱਥੇ 500 ਦੇ ਨੋਟਾਂ ਦੀਆਂ ਗੱਡੀਆਂ ਪਈਆਂ ਨੇ ਅਤੇ ਇਸ ਤੋਂ ਇਲਾਵਾ ਵਿਦੇਸ਼ੀ ਕਰੰਸੀ ਵੀ ਦੇਖ ਸਕਦੇ ਹੋ। ਤਾਂ ਵੱਖ ਵੱਖ ਦੇਸ਼ਾਂ ਦੀ ਕਰੰਸੀ ਵੀ ਇੱਥੇ ਮੌਜੂਦ ਹੈ ਅਤੇ ਇਸ ਤੋਂ ਇਲਾਵਾ ਸੋਨਾ ਵੀ ਪਿਆ। ਤਾਂ ਵੱਡੀ ਮਾਤਰਾ ਦੇ ਵਿੱਚ ਇੱਥੇ ਪੈਸਾ ਅਤੇ ਗਹਿਣੇ ਪਏ ਸੀ। ਤਾਂ ਤੁਹਾਨੂੰ ਦੱਸ ਦਈਏ ਕਿ ਗੇਮਿੰਗ ਐਪ ਅਤੇ ਮੈਚ ਦੇ ਸੱਟੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਤਾਂ ਸੱਟਾ ਲੱਗ ਰਿਹਾ ਸੀ ਜਿਸ ਨੂੰ ਲੈ ਕੇ ਪੁਲਿਸ ਨੂੰ ਜਾਣਕਾਰੀ ਮਿਲੀ ਸੀ, ਤਾਂ ਦੇਰ ਰਾਤ ਪੁਲਿਸ ਦੇ ਵੱਲੋਂ ਜਾ ਕੇ ਇੱਥੇ ਜਦ ਰੇਡ ਮਾਰੀ ਜਾਂਦੀ ਹੈ ਤਾਂ ਪੁਲਿਸ ਵੀ ਹੈਰਾਨ ਰਹਿ ਜਾਂਦੀ ਹੈ, ਕਿਉਂਕਿ ਇੰਨੀ ਵੱਡੀ ਮਾਤਰਾ ਦੇ ਵਿੱਚ ਉਹਨਾਂ ਨੂੰ ਉੱਥੋਂ ਕੈਸ਼ ਬਰਾਮਦ ਹੁੰਦਾ ਹੈ। ਤਾਂ 1 ਕਰੋੜਾਂ ਦੀ ਨਕਦੀ ਹੈ ਜਿਹੜੀ ਕਿ ਪੁਲਿਸ ਦੇ ਵੱਲੋਂ ਬਰਾਮਦ ਕੀਤੀ ਗਈ ਹੈ, ਅਤੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹ ਸਾਰੀ ਨਕਦੀ ਹੈ ਜਿਹੜੀ ਕੰਟਰੋਲ ਰੂਮ ਦੇ ਵਿੱਚ ਪਹੁੰਚਾ ਦਿੱਤੀ ਜਾਂਦੀ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਉਜੈਨ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ, ਜਿੱਥੇ ਵੱਡੀ ਮਾਤਰਾ ਦੇ ਵਿੱਚ ਇਹ ਨਕਦੀ ਹੈ ਜਿਹੜੀ ਪੁਲਿਸ ਦੇ ਵੱਲੋਂ ਜ਼ਬਤ ਕਰ ਲਈ ਗਈ ਹੈ। ਤਾਂ ਸੱਟੇਬਾਜ਼ੀ ਦੇ ਖਿਲਾਫ ਇਹ ਪੁਲਿਸ ਦੀ ਵੱਡੀ ਕਾਰਵਾਈ ਹੈ। ਨਹੀਂ ਦੇਖਿਆ ਹੋਣਾ ਕਦੇ ਇੰਨਾ ਪੈਸਾ। ਇੱਕ ਬਿਲਡਰ ਦੇ ਘਰੋਂ ਪੁਲਿਸ ਨੇ ਕੀਤਾ ਬਰਾਮਦ। ਸੱਟੇ ਦੇ ਖਿਲਾਫ ਪੁਲਿਸ ਦੀ ਵੱਡੀ ਕਾਰਵਾਈ। ਤਾਂ ਦੱਸ ਦਈਏ ਕਿ ਗੇਮਿੰਗ ਅਤੇ ਮੈਚ ਦੇ ਸੱਟੇ ਨੂੰ ਲੈ ਕੇ ਦੇਰ ਰਾਤ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ, ਜਿਸ ਦੇ ਵਿੱਚ ਇੱਕ ਬਿਲਡਰ ਦੇ ਘਰੋਂ ਵੱਡੀ ਮਾਤਰਾ ਦੇ ਵਿੱਚ ਕਰੋੜਾਂ ਦੀ ਨਕਦੀ ਬਰਾਮਦ ਹੋਈ ਹੈ। ਤਾਂ ਦੱਸ ਦਈਏ ਕਿ ਕੈਸ਼ ਇੰਨਾ ਸੀ ਕਿ ਪੁਲਿਸ ਨੂੰ ਗਿਣਨ ਦੇ ਲਈ ਇਸ ਨੂੰ ਕੈਸ਼ ਗਿਣਨ ਵਾਲੀ ਮਸ਼ੀਨ ਮੰਗਵਾਉਣੀ ਪਈ, ਜਿਸ ਤੋਂ ਬਾਅਦ ਇਹ ਸਾਰਾ ਕੈਸ਼ ਪੁਲਿਸ ਦੇ ਵੱਲੋਂ ਜ਼ਬਤ ਕਰ ਲਿਆ ਗਿਆ। ਤਾਂ ਵੇਖ ਸਕਦੇ ਹੋ ਕਿੰਨੀ ਮਾਤਰਾ ਦੇ ਵਿੱਚ ਇੱਥੇ 500 ਦੇ ਨੋਟਾਂ ਦੀਆਂ ਗੱਡੀਆਂ ਪਈਆਂ ਨੇ ਅਤੇ ਇਸ ਤੋਂ ਇਲਾਵਾ ਵਿਦੇਸ਼ੀ ਕਰੰਸੀ ਵੀ ਦੇਖ ਸਕਦੇ ਹੋ। ਤਾਂ ਵੱਖ ਵੱਖ ਦੇਸ਼ਾਂ ਦੀ ਕਰੰਸੀ ਵੀ ਇੱਥੇ ਮੌਜੂਦ ਹੈ ਅਤੇ ਇਸ ਤੋਂ ਇਲਾਵਾ ਸੋਨਾ ਵੀ ਪਿਆ। ਤਾਂ ਵੱਡੀ ਮਾਤਰਾ ਦੇ ਵਿੱਚ ਇੱਥੇ ਪੈਸਾ ਅਤੇ ਗਹਿਣੇ ਪਏ ਸੀ। ਤਾਂ ਤੁਹਾਨੂੰ ਦੱਸ ਦਈਏ ਕਿ ਗੇਮਿੰਗ ਐਪ ਅਤੇ ਮੈਚ ਦੇ ਸੱਟੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਤਾਂ ਸੱਟਾ ਲੱਗ ਰਿਹਾ ਸੀ ਜਿਸ ਨੂੰ ਲੈ ਕੇ ਪੁਲਿਸ ਨੂੰ ਜਾਣਕਾਰੀ ਮਿਲੀ ਸੀ, ਤਾਂ ਦੇਰ ਰਾਤ ਪੁਲਿਸ ਦੇ ਵੱਲੋਂ ਜਾ ਕੇ ਇੱਥੇ ਜਦ ਰੇਡ ਮਾਰੀ ਜਾਂਦੀ ਹੈ ਤਾਂ ਪੁਲਿਸ ਵੀ ਹੈਰਾਨ ਰਹਿ ਜਾਂਦੀ ਹੈ, ਕਿਉਂਕਿ ਇੰਨੀ ਵੱਡੀ ਮਾਤਰਾ ਦੇ ਵਿੱਚ ਉਹਨਾਂ ਨੂੰ ਉੱਥੋਂ ਕੈਸ਼ ਬਰਾਮਦ ਹੁੰਦਾ ਹੈ। ਤਾਂ 1 ਕਰੋੜਾਂ ਦੀ ਨਕਦੀ ਹੈ ਜਿਹੜੀ ਕਿ ਪੁਲਿਸ ਦੇ ਵੱਲੋਂ ਬਰਾਮਦ ਕੀਤੀ ਗਈ ਹੈ, ਅਤੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹ ਸਾਰੀ ਨਕਦੀ ਹੈ ਜਿਹੜੀ ਕੰਟਰੋਲ ਰੂਮ ਦੇ ਵਿੱਚ ਪਹੁੰਚਾ ਦਿੱਤੀ ਜਾਂਦੀ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਉਜੈਨ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ, ਜਿੱਥੇ ਵੱਡੀ ਮਾਤਰਾ ਦੇ ਵਿੱਚ ਇਹ ਨਕਦੀ ਹੈ ਜਿਹੜੀ ਪੁਲਿਸ ਦੇ ਵੱਲੋਂ ਜ਼ਬਤ ਕਰ ਲਈ ਗਈ ਹੈ। ਤਾਂ ਸੱਟੇਬਾਜ਼ੀ ਦੇ ਖਿਲਾਫ ਇਹ ਪੁਲਿਸ ਦੀ ਵੱਡੀ ਕਾਰਵਾਈ ਹੈ।